ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਅਜੀਤ ਟੀ ਵੀ ਅਤੇ ਮੈਂ ਹਾਂ ਨੈਬ ਸਿੰਘ ਸਿੱਧੂ। ਜਿੱਥੇ ਕਿ ਕਿਸਾਨਾਂ ਵੱਲੋਂ ਪੁੱਤਾਂ ਮੰਗ ਪਾਲੀ ਜਿਹੜੀ ਕਣਕ ਸੀਗੀ ਉਸ ਨੂੰ ਬਿਜਲੀ ਬੋਰਡ ਦੀ ਨਲਾਇਕੀ ਕਾਰਨ ਅੱਗ ਲੱਗ ਗਈ ਹੈਗੀ। ਤੁਸੀਂ ਦੇਖ ਰਹੇ ਹੋ ਕਿ ਜਿਹੜੀ ਇਹ ਕਣਕ ਹੈਗੀ ਇਹ ਸੜ ਕੇ ਸਵਾਹ ਹੋ ਚੁੱਕੀ ਹੈਗੀ, ਕਿਉਂਕਿ ਜਿਹੜੇ ਬਿਜਲੀ ਦੀਆਂ ਤਾਰਾਂ ਹੈਗੀਆਂ ਤੁਹਾਨੂੰ ਦਿਖਾ ਦਈਏ ਕਿ ਸਾਹਮਣੇ ਜਿਹੜੀਆਂ ਤਾਰਾਂ ਦਿਖਾਈ ਦਿੰਦੀਆਂ ਹੈਗੀਆਂ ਉਹ ਬਿਲਕੁਲ ਨੀਵੀਆਂ ਹੈਗੀਆਂ, ਉਹਨਾਂ ਨੂੰ ਹੱਥ ਲੱਗਦਾ ਹੈਗਾ, ਇੰਨੀਆਂ ਨੀਵੀਆਂ ਕਿ ਸਾਰੀਆਂ 6-7 ਫੁੱਟ ਉੱਚੀਆਂ ਹੈਗੀਆਂ। ਅਤੇ ਜਿਸ ਕਾਰਨ ਜਿਹੜੀ ਇਹ ਕੰਬਾਈਨ ਸੀ ਇੱਥੋਂ ਦੀ ਲੰਘਣ ਲੱਗੀ ਤਾਂ ਉਸਦੇ ਜਿਹੜੇ ਉਹ ਤਾਰ ਨਾਲ ਲੱਗੀ ਅਤੇ ਕਰੰਟ ਆਉਣ ਕਾਰਨ ਇਹ ਸਪਾਰਕ ਹੋਇਆ ਅਤੇ ਇਸ ਕਣਕ ਨੂੰ ਅੱਗ ਲੱਗ ਗਈ। ਕਿਉਂਕਿ ਬਿਜਲੀ ਬੋਰਡ ਵੱਲੋਂ ਹਦਾਇਤਾਂ ਹੈਗੀਆਂ ਕਿ ਸੁਬਾਹ ਤੋਂ ਲੈ ਕੇ ਸ਼ਾਮ ਤੱਕ ਜਿਹੜੀ ਬਿਜਲੀ ਹੈ ਇਹ ਬੰਦ ਰਹੇਗੀ, ਸਿਰਫ ਰਾਤ ਨੂੰ ਛੱਡੀ ਜਾਏਗੀ। ਪਰ ਅੱਜ ਜਿਹੜੀ ਇਹਨਾਂ ਦੀ ਨਲਾਇਕੀ ਕਾਰਨ ਇਹ ਸੁਬਾਹ ਤੋਂ ਹੀ ਬਿਜਲੀ ਬੰਦ ਨਹੀਂ ਕੀਤੀ ਗਈ ਅਤੇ ਬਿਜਲੀ ਚਾਲੂ ਰਹੀ, ਜਿਸ ਕਾਰਨ ਇਸ ਜਿਹੜੀ ਕਣਕ ਨੂੰ ਅੱਗ ਲੱਗ ਗਈ। ਤਕਰੀਬਨ ਕਿਸਾਨਾਂ ਦਾ ਕਹਿਣਾ ਕਿ ਇਹ 15 ਏਕੜ ਜ਼ਮੀਨ ਹੈ ਜਿਹੜੀ ਇਹ ਸੜ ਕੇ ਸਵਾਹ ਹੋ ਚੁੱਕੀ ਹੈ। ਅਤੇ ਉੱਧਰ ਜਿਹੜੀ ਤੁਹਾਨੂੰ ਸਾਹਮਣੇ ਦਿਖਾ ਦਈਏ ਕਿ ਕੰਬਾਈਨ ਖੜ੍ਹੀ ਹੈ ਉਸ ਨੂੰ ਵੀ ਅੱਗ ਲੱਗ ਚੁੱਕੀ ਹੈਗੀ, ਉਹਦਾ ਵੀ ਕਾਫੀ ਨੁਕਸਾਨ ਹੋ ਚੁੱਕਿਆ। ਅਤੇ ਜਿਹੜਾ ਇਸਦਾ ਡਰਾਈਵਰ ਸੀ ਉਹ ਵੀ ਬੜੀ ਮੁਸ਼ਕਲ ਨਾਲ ਬਚਿਆਗਾ, ਕਿਉਂਕਿ ਉਸਨੇ ਇੱਥੋਂ ਕੰਬਾਈਨ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਕੰਬਾਈਨ ਨੂੰ ਅੱਗ ਪੈ ਗਈ, ਤਾਂ ਉਸਨੇ ਵੀ ਇੱਥੋਂ ਛਾਲ ਮਾਰ ਕੇ ਆਪਣਾ ਬਚਾਅ ਕੀਤਾ ਅਤੇ ਉਹ ਵੀ ਝੁਲਸਿਆ ਗਿਆ, ਜਿਸ ਨੂੰ ਕਿ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਅਤੇ ਇੱਥੇ ਜਿਹੜੇ ਬਿਜਲੀ ਬੋਰਡ ਦੇ ਅਧਿਕਾਰੀ ਵੀ ਪਹੁੰਚ ਚੁੱਕੇ ਹੈਗੇ, ਪੁਲਿਸ ਪ੍ਰਸ਼ਾਸਨ ਵੀ ਪਹੁੰਚ ਚੁੱਕਿਆ, ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ। ਕਿਉਂਕਿ ਕਿਸਾਨਾਂ ਦਾ ਕਹਿਣਾ ਕਿ ਜਿਹੜੀ ਇਹ ਬਿਜਲੀ ਬੋਰਡ ਦੀ ਨਲਾਇਕੀ ਕਾਰਨ ਇਹ ਜਿਹੜੀਆਂ ਤਾਰਾਂ ਹੈਗੀਆਂ ਨੀਵੀਆਂ ਸੀ, ਇਸ ਕਰਕੇ ਹੀ ਅੱਗ ਪਈ ਹੈ ਅਤੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਮਿਲਣਾ ਚਾਹੀਦਾ ਹੈ। ਹਾਂਜੀ ਜੀ, ਕੀ ਨਾਮ ਹੈ? ਏ ਐਸ ਆਈ ਬਲਵਿੰਦਰ ਸਿੰਘ ਹੈ, ਥਾਣੇ ਕਨਾਲ ਕਲੋਨੀ 'ਚ ਤਾਇਨਾਤ ਹਾਂ ਮੈਂ। ਕੀ ਕਹਿਣਾ ਚਾਹੁੰਦੇ ਜੀ ਕਿਸਾਨਾਂ ਦੀ ਅੱਜ ਫਸਲ ਨਾ ਹੋਈ, ਕਿਸ ਕਾਰਨ? ਸਾਨੂੰ ਜਦੋਂ ਇਨਫੋਰਮੇਸ਼ਨ ਮਿਲੀ ਜੀ ਕੰਟਰੋਲ ਰੂਮ ਤੋਂ ਵੀ ਬਹਿਮਣ ਦਵਾਨੇ ਸਾਈਡ ਅੱਗ ਲੱਗ ਗਈ ਹਰਨੇਕ ਸਿੰਘ ਦੇ ਖੇਤ ਨੂੰ, ਤਾਂ ਅਸੀਂ ਮੌਕੇ 'ਤੇ ਪਹੁੰਚੇ ਹਾਂ। ਉੱਥੇ ਹਰਨੇਕ ਸਿੰਘ ਮਲਾਕੀ ਹੋਇਆ ਸਾਨੂੰ, ਹਰਨੇਕ ਸਿੰਘ ਦਾ ਮੈਂ ਬਿਆਨ ਲਿਖਿਆ। ਹਰਨੇਕ ਸਿੰਘ ਨੇ 9 ਕਿੱਲੇ ਆਪਦੇ ਠੇਕੇ 'ਤੇ ਲਏ ਸੀ ਜ਼ਮੀਨ, ਅਤੇ ਹਰਦੇਵ ਸਿੰਘ ਨੇ 6 ਕਿੱਲੇ ਜ਼ਮੀਨ ਲਈ ਸੀ। ਇਹ ਅੱਜ ਕੰਬਾਈਨ ਨਾਲ ਕਣਕ ਵੱਢ ਰਹੇ ਸੀਗੇ ਅਤੇ ਜਦੋਂ ਇਹ ਕਹਿੰਦੇ ਵੀ ਅਚਾਨਕ ਜਦੋਂ ਇੱਕਦਮ ਬਿਜਲੀ ਆਈ ਅਤੇ ਬਿਜਲੀ ਦੀਆਂ ਤਾਰਾਂ 'ਚੋਂ ਚਿੰਗਾੜੀਆਂ ਡਿੱਗੀਆਂ ਅਤੇ ਕਣਕ ਨੂੰ ਅੱਗ ਪੈ ਗਈ। ਉਹ ਕਮਾਂਡ ਚਾਲਕ ਨੇ ਵੀ ਕਾਫੀ ਕੋਸ਼ਿਸ਼ ਕੀਤੀ ਆਪਣੀ ਕਮਾਂਡ ਕਣਕ ਦੇ ਵਿੱਚੋਂ ਕੱਢਣ ਦੀ, ਜੋ ਕੱਢ ਨਹੀਂ ਸਕਿਆ ਵਿਚਾਰਾ। ਉਹ ਕਮਾਂਡ ਨੂੰ ਵੀ ਅੱਗ ਪੈ ਗਈ ਅਤੇ ਕੋਈ ਸੋਨੂੰ ਜਿਹੜਾ ਡਰਾਈਵਰ ਸੀਗਾ ਕਮਾਂਡ ਚਾਲਕ ਉਹ ਵੀ ਝੁਲਸਿਆ ਗਿਆ, ਉਹਨੂੰ ਹਸਪਤਾਲ 'ਚ ਦਾਖਲ ਕਰਾਇਆ ਇਹਨਾਂ ਨੇ। ਇਹ ਜਿਹੜੇ ਹਰਦੇਵ ਸਿੰਘ ਦੇ 9 ਕਿੱਲੇ ਆ, ਹਰਨੇਕ ਸਿੰਘ ਦੇ 9 ਕਿੱਲੇ ਅਤੇ ਹਰਦੇਵ ਸਿੰਘ ਦੇ 6 ਕਿੱਲੇ, ਇਹ ਤਾਂ ਬਿਲਕੁਲ ਤਬਾਹੀ ਹੋ ਗਏ ਨਾ ਕਣਕ ਦੇ। ਟੋਟਲ 15 ਕਿੱਲੇ ਕਣਕ ਦੇ ਇਹਨਾਂ ਦੇ ਨੁਕਸਾਨ ਹੋ ਗਏ। ਕਾਰ ਵੀ ਇਹਨਾਂ ਦਾ ਬਿਆਨ ਲਿਖਦੇ ਆ। ਮਲਕੀਤ ਸਿੰਘ ਆ ਜੀ, ਬਹਿਮਣ ਦਵਾਨਾ ਜੀ। ਇਹ ਜੀ ਇੱਥੇ ਅਸੀਂ ਵੱਢਦੇ ਸਾਂ ਅਤੇ ਆ ਦਰਖਤ ਨਾਲੋਂ ਕਿਤੇ ਤਾਰ ਦਾ ਚਿੰਗਾੜਾ ਚੁੰਗੜਾ ਡਿੱਗ ਪਿਆ ਅਤੇ ਅੱਗ ਪਈ ਗਈ। ਨੁਕਸਾਨ ਬਹੁਤ ਹੋ ਗਿਆ ਜੀ, ਮੇਰਾ 4 ਕਿੱਲੇ ਥਾਂ ਮਰ ਗਿਆ। ਟੋਟਲ 15 ਏਕੜ ਦੇ ਲਗਭਗ ਬਚ ਗਏ। ਟੋਟਲ ਕਿੰਨੇ ਕਿੱਲੇ? ਹਾਂਜੀ, ਟੋਟਲ ਕਿੰਨੇ ਕਿੱਲੇ? ਇਹ 15 ਕਿੱਲੇ ਬਾਹਣ ਮੱਚ ਗਿਆ ਜੀ, ਉਹ ਨਾਲ ਦੋਵਾਂ ਘਰਾਂ ਸਾਡਾ ਸੀਤਾ ਲਿਆ ਅਤੇ ਮੇਰਾ ਕੰਬਾਈਨ ਵੀ ਮੱਚੀ ਪਈ ਹੈ ਜੀ। ਬੰਦੇ ਦਾ ਨੁਕਸਾਨ ਹੋ ਗਿਆ ਜੋ ਹਸਪਤਾਲ ਹੈ, ਹਾਂ ਉਹਨੂੰ ਅੱਗ ਲੱਗ ਗਈ, ਬੇਹੋਸ਼ ਹੋਇਆ ਪਿਆ। ਆਹ ਤਾਰ ਅਸੀਂ 10-12 ਆਖਿਆ ਜੀ ਖੰਭਾ ਲਾ ਕੇ ਉੱਚੀ ਕਰ ਦਿਓ, 2 ਸਾਲ ਹੋ ਗਿਆ ਇਹਨਾਂ ਨੇ ਤਾਰ ਉੱਚੀ ਨਹੀਂ ਕਰੀ, ਇੱਥੇ ਖੜੀ ਦੀ ਖੜੀ। ਆਹ ਹੁਣ ਜਿੱਦਾਂ ਆਹ ਅਸੀਂ ਮਸ਼ੀਨ ਲਿਆਂਦੀ ਇੱਥੇ ਬਾਹਣ 'ਚ ਵਾੜੀ ਹੈ ਨਹੀਂ, ਪਹਿਲਾਂ ਆ ਕੇ ਬੰਦ ਕਰ ਦਿਓ, ਅਸੀਂ ਕਣਕ ਵੱਢਣੀ ਹੈ। ਉਹ ਆਹਦੇ ਅੱਜ ਬੰਦ ਹੁੰਦੀ ਨਹੀਂ, ਇਹ ਪਤਾ ਨਹੀਂ ਆਹਦੇ ਅੱਜ ਆਖੇ ਕੋਈ ਬਿਜਲੀ ਵਾਲਾ ਜੀਓ ਜੋ ਆ ਕੇ ਉਹਨੇ ਵੇਖਣੀ ਅੱਜ ਲਾਈਟ ਚੱਲਦੀ ਅਤੇ ਅੱਜ ਨਹੀਂ ਬੰਦ ਹੁੰਦੀ। ਬੰਦੇ ਜੀ ਉਹ ਕੇ ਡਿੱਗ ਪਿਆ ਉੱਥੇ, ਪਰ ਮਸ਼ੀਨ ਬਾਹਰ ਕੱਢੀ, ਬਾਹਰ ਜਾ ਕੇ ਡਿੱਗ ਪਿਆ, ਡਿੱਗ ਕੇ ਮਸਾਂ ਵਿਚਾਰੇ ਨੂੰ ਕੱਢ ਕੇ ਹੁਣ ਲੈ ਗਏ ਸ਼ਹਿਰ ਚੱਕ ਕੇ, ਮਸ਼ੀਨ ਮੱਚ ਗਈ। ਮੇਰਾ ਨਾਮ ਬੂਟਾ ਸਿੰਘ ਹੈ ਜੀ, ਪਿੰਡ ਬਹਿਮਣ ਦਵਾਨਾ ਜੀ। ਇਹ ਜਿਹੜੀ ਕਣਕ ਜੀ ਮੱਚਣ ਦਾ ਕਾਰਨ ਇਹ ਹੋਈ ਹੈ ਜੀ, ਆਹ ਲਾਈਨ ਹੈ ਜਿਹੜੀ 24 ਘੰਟੇ ਵਾਲੀ ਉਹ ਪੋਲਟਰੀ ਫਾਰਮ ਨੂੰ ਜਾਂਦੀ ਹੈ। ਇਹਨਾਂ ਨੇ ਅੱਜ ਊਂ ਤਾਂ ਬੰਦ ਹੁੰਦੀ, ਅੱਜ ਛੱਡੀ ਹੋਈ ਹੈ ਲਾਈਟ ਜੀ, ਅਤੇ ਆਹ ਡੇਕ ਦੀਆਂ ਟਾਹਣੀਆਂ ਦੇ ਟਕਰਾਉਣ ਕਰਕੇ ਚਿੰਗੜਾ ਛੱਡ ਗਈ ਅਤੇ ਦੁਪਹਿਰੇ ਅੱਗ ਲੱਗ ਗਈ ਜੀ। ਇਹ ਤਾਰ ਬਹੁਤ ਨੀਵੀ ਹੈ ਜੀ, ਤੁਸੀਂ ਚੈੱਕ ਕਰ ਲਓ, ਇਹ ਬਿਜਲੀ ਬੋਰਡ ਦੀ ਜਿਹੜੀ ਹੈਗੀ ਹੈ ਬਹੁਤ ਵੱਡੀ ਉਹ ਹੈ ਜੀ, ਨਲਾਇਕੀ ਹੈ ਜੀ। ਨੁਕਸਾਨ ਹੋ ਗਿਆ ਜੀ, ਇੱਕ ਕੰਬਾਈਨ ਮੱਚ ਗਈ, 15 ਏਕੜ ਦੇ ਲਗਭਗ ਕਣਕ ਮੱਚ ਗਈ ਜਿਹੜੀ ਇੱਕ ਇਹ ਕਿਸਾਨ ਦੀ ਕੋਲੇ ਠੇਕੇ 'ਤੇ ਜੀ, ਇੱਕ ਸਰਦਾਰ ਹਰਨੇਕ ਸਿੰਘ ਆ ਬਹਿਮਣ ਦਵਾਨੇ ਤੋਂ ਉਹਨਾਂ ਕੋਲੇ ਠੇਕੇ 'ਤੇ ਜੀ।
हाँ जी ये 60,000 के लगभग है जी। ये 15 एकड़ मच्छी है जी कणक 60,000 एकड़ ठेके से। मंग यही है जी साड़ी प्रशासन तो बेनती है जी भी साड़ा जिन्ना नुकसान होया कपैन वाले वीर का भी सारा नुकसान दिता जाए जिहड़े कोई किसानां दा होया वह भी दिता जाए। बंता सिंह जी बहमलवाना जी सिर्फ बिजली बोर्ड की नलैकी नाल बची है जी तार नीवी होने करके सिफारक कर गई जदों कोई लाइट सुबह 10 बजे तो लेकर 6 बजे तक बंद होंदी सी जी लिखती रूप से इन्होंने किया है ये 24 घंटे वाली लाइन है जी तो ये जो मतलब अज लगातार इन्हें छड़ती तो वो स्पार्क बजने करके अग लग गई जी दोपहरे नुकसान जी सारा ही हो गया टोटली मतलब सड़ गई सारा कुछ ही तो मतलब 60,000 ठेके से कणक सी बाकी उन्हों का खर्चा होया पता नहीं खर्चा कितना होया 4 बोरियां यूरिया दी DAP दी वगैरह मतलब स्प्रेयां सपूरां बेचारे ने कर पाए आपकी लेबर ला के तो मेरा ख्याल है भी 80,000 रुपये का नुकसान हो गया किले का 15 किले मच गई कंबाइन का जी 12 लाख का घट्टो घट्ट बंदा जी बेहोश हो गया जी ड्राइवर तो वह इस टाइम तो एडमिट है जी हस्पताल के यही नहीं पता भी वह जानी नुकसान होगा ज बच जूगा यही नहीं पता निकल के तो जो आपकी हुशियारी आया गा तो उदू बाद जो वह निकल के अग चो उन्होंने छाल मारी से बस उस होश हो गया चक के लै गए नाल एंबूलेंस आई सी लै गई अधिकारी जी सिर्फ बिजली बोर्ड के आए हैं तो फायर ब्रिगेड भी बाद आई जो अग बुझाई गई तो पुलिस मुलाजम भी आ गए थे इस ही आ गया वेरीफाई करने वास्ते तो होर तो कोई नहीं पहुँचा जी प्रशासन मंग तो यही है जी भी साडा मतलब गरीब किसान जिहड़े ठेके से लेके जमीन बाही है तो वह सारा खर मुआवजा दिता जाए जी। मशीन का ड्राइवर है की हो मशीन अग पी स्पार्क हो गया किस तरह स्पार्क हो गई कोई तारा सी हाँ जी हाँ जी जी फिर उस फिर की हो बस उदू बाद अग पै गई बस मशीन अग पै गई मशीन के उपर सी तारा नेड़े सी हाँ जी मशीन के नाल स्पार्क मार दी तार तो थले जमीन से डिग पी चंगाड़ा बढ़ के वह अग पै गई राम सिंह जी केड़ा पिंड बहमदवाना की गल होया तुसी बंदे चक ले आओ असी जी वो जदों गुरुद्वारे वाले ने होका दिता भी बहमदवाने परसन अमरागर वाले ते रोड ते अग लग गई तो असी उत्थों पिंडां चों सारे बंदे आपदे पिंड चों आए तो असी आ के ते अग देखी बुझाउण लग गए सारे ये ड्राइवर सीगा तो ये बेचारा डिग्गिया पिया सीगा असी इहनूं चक के मशीन का जी कणक वढ़न वाली दा हाँ जी हाँ जी अच्छा जी फिर की होया असीं तां लै के आ गए जी हजे अग 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 बुझाई जांदे आ इह कित्थे सी का बंदा इह नाल ही ऐ डिग्गा पिया मशीन ते मशीन नूं किहड़ी अग लगी आ मशीन दे टायर टूर जे मची जांदे सीगे असीं तां आ गए उदू बाद नहीं पता लग्गिया भी किन्नी अग लगी होर कणक तकरीबन किन्नी क मच गई उस टाइम तक उस टाइम सीगे जी सीगे 10-12 किल्यां नूं अग लग गई फाइब्रेड दीआं गड्डियां पहुंच गईआं हाँ जी खड़ी है जी अग बुझाई जांदी साढ़े नाल बिजली बोर्ड के अधिकारी भी जुड़े आपां उन्हां नाल भी गल करदे ਵੀਰ ਜੀ ਕੀ ਕਹਿਣਾ ਚਾਹੋਗੇ ਜਿਹੜੇ ਕਣਕ ਨੂੰ ਅੱਗ ਲੱਗੀ ਇਹਦੇ ਬਾਰੇ ਪਹਿਲਾਂ ਵੀ ਗੱਲ ਕਰ ਚੁੱਕੇ ਜੀ ਵੀ ਜਿਹੜੀ ਵੀ ਹੁਣ ਤਫਤੀਸ਼ ਕੀਤੀ ਹੈ ਜੀ ਇਹਦੀ ਰਿਪੋਰਟ ਬਣਾਵਾਂਗੇ ਉੱਪਰ ਅਧਿਕਾਰੀਆਂ ਨੂੰ ਭੇਜਾਂਗੇ ਵੀ ਇਹ ਰਕਬੇ ਦਾ ਨੁਕਸਾਨ ਹੋਇਆ ਇਸ ਰਕਬੇ ਦਾ ਜਿੰਨਾ ਵੀ ਮੁਆਵਜ਼ਾ ਬਣੇਗਾ ਉਹ ਸਾਰਾ ਇਹਨਾਂ ਨੂੰ ਦਿੱਤਾ ਜਾਵੇਗਾ ਜਿਵੇਂ ਆਰਡਰ ਕੀਤੇ ਗਏ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੀ ਇਹ ਬਿਜਲੀ ਬੰਦ ਰਹੇਗੀ ਪਰ ਅੱਜ ਕਿਉਂ ਚੱਲੂ ਰਹੀ ਅੱਜ ਵੀ ਬੰਦ ਦੇ ਜਦੋਂ ਸਾਨੂੰ ਸਵੇਰੇ ਪਤਾ ਲੱਗਿਆ ਵੀ ਹਾਂ ਵੀ ਇਸ ਗ੍ਰਿਡ ਦੇ ਉੱਪਰੋਂ ਉੱਚ ਅਧਿਕਾਰੀ ਵੱਲੋਂ ਆਰਡਰ ਆਏ ਵੀ UPS ਫੀਡਰ ਬੰਦ ਨਹੀਂ ਕਰਨੇ ਤਾਂ ਸਾਡਾ ਜਈ ਗ੍ਰਿਡ ਤੇ ਜਾ ਕੇ ਉਸ ਬਾਰੇ ਤਫਤੀਸ਼ ਕਰਨ ਲੱਗਿਆ ਵੀ ਕਿਉਂ ਨਹੀਂ ਬੰਦ ਕਰਨੇ ਮੈਸੇਜ ਵੀ ਪਾਇਆ ਉੱਥੇ ਵੀ ਹਜੇ ਤੱਕ ਇਹ ਬੰਦ ਨਹੀਂ ਕੀਤੇ ਗਏ ਤੇ ਇਹਨਾਂ ਨੂੰ ਬੰਦ ਕਰਨਾ ਬਣਦਾ ਹੈ ਜਦੋਂ ਨੂੰ ਇਹ ਕਾਰਵਾਈ ਹੋ ਰਹੀ ਸੀ ਇੰਨੇ ਨੂੰ ਇਹ ਹਾਦਸਾ ਹੋ ਗਿਆ ਜਿਵੇਂ ਦੇਖਣ ਨੂੰ ਮਿਲਦੀਆਂ ਵੀ ਤਾਰਾਂ ਇੰਨੀਆਂ ਨੰਗੀਆਂ ਤਾਰਾਂ ਬਿਲਕੁਲ ਨੀਵੀਆਂ 6-7 ਫੁੱਟ 'ਤੇ ਪਈਆਂ ਇੱਧਰ ਖੰਭੇ ਵੀ ਜਮ੍ਹਾਂ ਕਣਕ ਦੇ ਵਿਚਾਲੇ ਆ ਜਿਹੜੇ ਟੇਢੇ ਹੋਏ ਪਏ ਆ ਇਹ ਥੋੜ੍ਹੇ ਨਲੇਕੇ ਨਹੀਂ ਦੇਖਦੇ ਇਸ ਜੀ ਜਦੋਂ ਇਹ ਸਾਡੀ ਨਿਗਾਹ 'ਚ ਆਇਆ ਉਦੋਂ ਇੱਥੇ ਫਸਲ ਖੜੀ ਸੀ ਪੋਲ ਲਾਉਣ ਦੀ ਵੀ ਉਹ ਕੀਤੀ ਗਈ ਪਰ ਬਾਅਦ 'ਚ ਫਸਲ ਹੋਣ ਖੜੇ ਕਰਕੇ ਉਹ ਕੰਮ ਨਹੀਂ ਹੋ ਪਾਇਆ ਇਸ ਗੱਲ 'ਤੇ ਐਂ ਹੋਇਆ ਸੀਗਾ ਵੀ ਇਹ ਫਸਲ ਕੱਟੇ ਤੋਂ ਬਾਅਦ ਕੰਮ ਕਰਾਇਆ ਜਾਵੇਗਾ ਇਹ ਸੁਣ ਅੱਜ ਬਿਜਲੀ ਕਿਉਂ ਛੱਡੀ ਗਈ ਕਿ ਜਦੋਂ ਜੋ ਪਹਿਲਾਂ ਤੁਸੀਂ ਸੁਣ ਇਸ ਬਾਰੇ ਮੈਸੇਜ ਪਾਇਆ ਜੀ ਇਸ ਬਾਰੇ ਜਦੋਂ ਹੁਣ ਤਫਤੀਸ਼ ਤੋਂ ਬਾਅਦ ਹੀ ਗੱਲ ਦੱਸ ਸਕਾਂਗੇ ਵੀ ਕਿਉਂ ਇਹ ਸਟੈਪ ਚੱਕਿਆ ਗਿਆ ਜੀ ਇਹ ਸਾਨੂੰ ਬਿਜਲੀ ਬੋਰਡ ਦੇ ਅਧਿਕਾਰੀ ਜਿੰਨਾ ਵੱਲੋਂ ਕਿਹਾ ਗਿਆ ਕਿ ਅਸੀਂ ਮੌਕੇ ਅਨੁਸਾਰ ਕੰਮ ਕਰ ਰਹੇ ਹਾਂ ਕਿਉਂਕਿ ਫਸਲ ਖੜੀ ਸੀ ਇਸੇ ਕਰਕੇ ਜਿਹੜੀਆਂ ਤਾਰਾਂ ਉੱਚੀਆਂ ਨਹੀਂ ਕੀਤੀਆਂ ਗਈਆਂ
ਅਤੇ ਜਿਹੜੇ ਅੱਜ ਆਰਡਰ ਆਇਆ ਸੀਗਾ ਤੇ ਇਸ ਕਰਕੇ ਇਹ ਬੰਦ ਨਹੀਂ ਕੀਤੇ ਸੀ। ਜਦੋਂ ਬੰਦ ਕਰਨ ਲੱਗੇ ਤਾਂ ਉਸ ਤੋਂ ਪਹਿਲਾਂ ਇਹ ਹਾਦਸਾ ਹੋ ਗਿਆ। ਬਠਿੰਡਾ ਤੋਂ ਅਜੀਤ ਟੀਵੀ ਲਈ ਨਾਇਬ ਸਿੰਘ ਸਿੱਧੂ ਦੀ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ